ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੇ। ਇਹਨਾਂ ਸਤਰਾਂ ਨੂੰ ਸੱਚ ਕੀਤਾ ਏ ਪੰਜਾਬੀ ਮੂਲ ਦੇ ਕੈਨੇਡੀਅਨ ਨੇਤਾ ਜਗਮੀਤ ਸਿੰਘ ਨੇ। ਜਗਮੀਤ ਸਿੰਘ ਨੇ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੀ ਬਾਜ਼ੀ ਮਾਰੀ ਹੈ। ਜਗਮੀਤ ਸਿੰਘ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਲੀਡਰ ਹੋਣ ਨਾਤੇ ਹਾਊਸ ਆਫ ਕਾਮਨਸ ਵਿੱਚ ਪਹੁੰਚਣ ਵਾਲੇ ਪਹਿਲੇ ਸ਼ਵੇਤ ਚਮੜੀ ਵਾਲੇ ਵਿਅਕਤੀ ਬਣੇ ਹਨ। ਪਿਛਲੇ ਦਿਨ ਬਰਨਬੀ ਸਾਊਥ ਤੋਂ ਜਗਮੀਤ ਸਿੰਘ ਨੇ ਜਿਮਣੀ ਚੋਣ ਜਿੱਤੀ ਸੀ, ਜਿਸ ਦੇ ਨਾਲ ਹੀ ਪਿਛਲੇ ਐਤਵਾਰ ਉਹਨਾਂ ਨੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕੀ ਸੀ। ਹੁਣ ਉਹਨਾਂ ਦਾ ਪਾਰਲੀਮੈਂਟ ਦੇ ਸਦਨ ਹਾਊਸ ਆਫ ਕਾਮਨਸ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਕੈਨੇਡਾ ਦੀ ਰਾਜਨੀਤੀ ਵਿੱਚ ਹਾਊਸ ਆਫ ਕਾਮਨਸ ਵਿੱਚ ਪੁੱਜਣ ਦਾ ਰੁਤਬਾ ਹੁਣ ਤੱਕ ਸ਼ਵੇਤ ਚਮੜੀ ਵਾਲੇ ਨੇਤਾਵਾਂ ਨੂੰ ਹੀ ਮਿਲਦਾ ਰਿਹਾ ਏ। ਜਦ ਦਸਤਾਰਧਾਰੀ ਨੇਤਾ ਸਦਨ ਵਿੱਚ ਪਹੁੰਚੇ ਤਾਂ ਸਾਰੇ ਮੈਂਬਰਾਂ ਨੇ ਉੱਠ ਕੇ ਉਹਨਾਂ ਦਾ ਸਵਾਗਤ ਕੀਤਾ। ਪੰਜਾਬੀ ਮੂਲ ਦੇ 40 ਸਾਲਾ ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁੱਖ ਨੇਤਾ ਹਨ। ਪਿਛਲੇ ਦਿਨੀ ਬਰਨਬੀ ਸਾਊਥ ਤੋਂ ਜਿਮਣੀ ਚੋਣ ਜਿੱਤ ਕੇ ਉਹ ਸੰਸਦ ਦੇ ਹੇਠਲੇ ਸਦਨ ਵਿੱਚ ਸ਼ਾਮਲ ਹੋਏ ਹਨ। ਜਗਮੀਤ ਸਿੰਘ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਹੋਣ ਦੇ ਨਾਤੇ ਪਾਰਟੀ ਦੇ ਪ੍ਰਧਾਨ ਮੰਤਰੀ ਵਜੋਂ ਉਮੀਦਵਾਰ ਵੀ ਹਨ। ਹਾਲਾਂਕਿ ਕੁਝ ਮਹੀਨੇ ਪਹਿਲਾਂ ਹੋਏ ਸਰਵੇਖਣ ਵਿੱਚ ਉਹਨਾਂ ਦੀ ਪ੍ਰਸਿੱਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਦੇ ਨੇਤਾ ਐਂਡਰੂ ਸ਼ੀਅਰ ਨਾਲੋਂ ਘੱਟ ਸੀ, ਪਰ ਹੁਣ ਉਹਨਾਂ ਦਾ ਸਦਨ ਵਿੱਚ ਪਹੁੰਚਣਾ ਯਕੀਨਨ ਉਹਨਾਂ ਨੂੰ ਮਸ਼ਹੂਰੀ ਹਾਸਲ ਕਰਨ ਵਿੱਚ ਮਦਦ ਕਰੇਗਾ। ਸਿਮਰਨ ਕੌਰ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ ਟੀਵੀ ਐਨ ਆਰ ਆਈ।